ਹਾਂਜੀ ਕੰਬੋਜ ਰეკਡ ਦੀ ਇੱਕ ਹੋਰ ਨਵੀਂ ਵੀਡੀਓ ਵਿੱਚ ਤੁਹਾਡਾ ਸਵਾਗਤ ਕਰਦੇ ਹਾਂ ਤੇ ਪਹਿਲਾਂ ਗੱਲ ਕਰਦੇ ਹਾਂ ਯੋਯੋਹਣੀ ਸਿੰਘ ਤੇ ਬਾਦਸ਼ਾਹ ਬਾਰੇ ਹਾਂਜੀ ਬਹੁਤ ਸਾਰੇ ਲੋਕ ਕਹਿ ਰਹੇ ਸੀ ਕਿ ਸਪੋਰਟਸ ਗੱਡੀਆਂ ਗਾਣੇ ਦੇ ਵਿੱਚ ਯੋਯੋਹਣੀ ਸਿੰਘ ਦੇ ਵੱਲੋਂ ਇੰਡਾਇਰੈਕਟਲੀ ਬਾਦਸ਼ਾਹ ਨੂੰ ਟਾਰਗੇਟ ਕੀਤਾ ਗਿਆ ਹੈ ਜਿਸ ਤੋਂ ਬਾਅਦ ਬਾਦਸ਼ਾਹ ਦੇ ਵੱਲੋਂ ਇੱਕ ਵਾਰ ਫਿਰ ਇੰਸਟਾਗ੍ਰam ਉੱਤੇ ਕੁਝ ਸਟੋਰੀਆਂ ਸ਼ੇਅਰ ਕੀਤੀਆਂ ਗਈਆਂ ਨੇ ਜਿਨ੍ਹਾਂ ਵਿੱਚ ਲਿਖਿਆ ਗਿਆ ਹੈ ਜਲਨੇ ਵਾਲੋ ਕੀ ਗਾਣੇ ਜਲੀ ਪੜੀ ਹੈ ਇਸ ਸਾਲ ਗੇਮ ਹੀ ਖਤਮ ਕਰ ਦੇਣੀ ਹੈ ਪੋਪ ਕੌਰਨ ਰੈਡੀ ਕਰ ਲਓ ਤਿਸ ਤੋਂ ਬਾਅਦ ਇਹੀ ਕਿਹਾ ਜਾ ਰਿਹਾ ਹੈ ਕਿ ਇਨਾਂ ਸਟੋਰੀਆਂ ਦੇ ਨਾਲ ਬਾਦਸ਼ਾਹ ਨੇ ਯੋਯੋਹਣੀ ਸਿੰਘ ਨੂੰ ਹੀ ਟਾਰਗੇਟ ਕੀਤਾ ਹੈ ਅੱਗੇ ਵਧੇ ਹੋਏ ਗੱਲ ਕਰੀਏ ਤਾਂ ਤੁਹਾਨੂੰ ਸਾਰ ਨੂੰ ਪਤਾ ਹੀ ਹੋਗਾ ਕਿ ਅੱਜ ਕਰਨੋਂ ਜ਼ਿਲ੍ਹਾ ਦੇ ਨਵੇਂ ਗਾਣੇ ਦੀ ਵੀਡੀਓ ਰਿਲੀਜ਼ ਹੋਣੀ ਹੈ ਜਿਸ ਗਾਣੇ ਦਾ ਨਾਮ ਹੈ ਇਹ ਨਾ ਤੇ ਇਸ ਗਾਣੇ ਦਾ ਪ੍ਰੀਮੀਅਰ ਲਾ ਦਿੱਤਾ ਗਿਆ ਹੈ ਜੋ ਕਿ ਰਾਤੀ 6 ਵਜੇ ਹਾਂ ਰਕਟਸ ਦੇ ਅਫੀਸ਼ੀਅਲ YouTube ਚੈਨਲ ਦੇ ਉੱਤੇ ਰਿਲੀਜ਼ ਹੋ ਜਾਣਾ ਹੈ ਇਸ ਤੋਂ ਇਲਾਵਾ ਫੈਕਟ ਗਾਣੇ ਤੋਂ ਬਾਅਦ ਇਹ ਕਰਨੂ ਜਿਲ੍ਹਾ ਦਾ ਸੈਕੰਡ ਗਾਣਾ ਹੈ ਜਿਸ ਗਾਣੇ ਦੀ ਵੀਡੀਓ ਵਿੱਚ ਕਰਨੂ ਜਿਲ੍ਹਾ ਪੱਗ ਵਿੱਚ ਨਜ਼ਰ ਆਵੇਗਾ ਬਾਕੀ ਕੌਣ-ਕੌਣ ਵੇਟ ਕਰ ਰਿਹਾ ਹੈ ਇਹ ਨਾ ਗਾਣੇ ਦੀ ਵੀਡੀਓ ਦੀ ਕਮੈਂਟ ਵਿੱਚ ਜਰੂਰ ਦੱਸਿਓ ਕਰਨੂ ਜਿਲ੍ਹਾ ਦੀ ਇੱਕ ਹੋਰ ਨਵੀਂ ਵੀਡਾ ਲਿੰਕਾ ਡਿਸਕ੍ਰਿਪਸ਼ਨ ਵਿੱਚ ਦਿੱਤਾ ਹੋਇਆ ਹੈ ਲਿੰਕ ਤੇ ਕਲਿੱਕ ਕਰਕੇ ਵੀਡੀਓ ਨੂੰ ਚੱਕ ਜਰੂਰ ਕਰਿਓ ਚੰਗਾ ਜੀ ਮਿਲਦੇ ਆ ਅਗਲੀ ਵੀਡੀਓ ਵਿੱਚ ਥੈਂਕ ਯੂ